ਮਾਲਵਾ ਬੜਲੇ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਛੋਟੇ ਵੱਡੇ ਪੈਨਪਰਾਂ ਨੂੰ ਪਿਆਰ ਭਰੀ ਸ਼ਸ਼ਕਲ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਨਵੀਂ ਭਰਤੀ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀ ਕਿ ਬਹੁਤ ਵਿਸ਼ੇਸ਼ ਹੈ ਉਹਨਾਂ ਪੈਨਪਰਾਂ ਲਈ ਜਿਹੜੇ ਕਿ ਪੇਪਰ ਦੇਣ ਦੇ ਵਿੱਚ ਚਾਹਵਾਨ ਨਹੀਂ ਤੇ ਜਿਨ੍ਹਾਂ ਨੇ 8ਵੀਂ ਤੇ 10ਵੀਂ ਪਾਸ ਕੀਤੀ ਹੋਈ ਹੈ ਸੋ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਅਹਿਮ ਭਰਤੀ ਹੈ ਤੁਹਾਡੇ ਉਹਨਾਂ ਪੈਨਪਰਾਂ ਲਈ ਵੀ ਜਿਹੜੇ ਪੈਨਪਰਾਂ ਕਹਿੰਦਾ ਬਹੁਤ ਪੇਪਰ ਦੇ ਦੇ ਕੇ ਥੱਕ ਚੁੱਕੇ ਨੇ ਤੇ ਉਹਨਾਂ ਨੂੰ ਹੁਣ ਜ਼ਰੂਰਤ ਹੈ ਨੌਕਰੀ ਦੀ ਕਿਉਂਕਿ ਉਹ ਆਪਣੇ ਘਰਦਿਆਂ ਤੋਂ ਇੰਡੀਪੈਂਡੈਂਟ ਹੋ ਕੇ ਇਹ ਸੋਖਾ ਸਹੂਲਤਾਂ ਨੂੰ ਪੂਰਾ ਕਰਨਾ ਚਾਹੁੰਦੇ ਨੇ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਪੂਰਾ ਦੇਖਣਾ ਹੈ ਸਾਰੇ ਭੈਣ ਭਰਾਵਾਂ ਮਤਕ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਅੱਜ ਦੀ ਵੀਡੀਓਜ਼ ਦੇ ਵਿੱਚ ਮੈਂ ਬਹੁਤ ਸਾਰੀਆਂ ਅਜਿਹੇ ਭਰਤੀਆਂ ਤੁਹਾਨੂੰ ਦੱਸਣ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਕਹਿੰਦਾ ਭਾਬ 8th ਤੇ 10th ਬੇਸ ਦੇ ਤੁਸੀਂ ਨੌਕਰੀ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਵਧੀਆ ਤਨਖਾਹ ਮਿਲ ਸਕਦੀ ਹੈ ਲਗਭਗ 15 ਤੋਂ 20 ਹਜ਼ਾਰ ਦੇ ਕਰੀਬ ਸੋ ਦੋਸਤੋ ਸਾਰੇ ਹੀ ਭੈਣ ਭਰਾਵਾਂ ਨੇ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਪੂਰਾ ਦੇਖਣਾ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਸੁਝਾਅ ਜ਼ਰੂਰ ਦਿਓ ਤੇ ਆਪਣੇ ਚੈਨਲ ਨੂੰ ਸਬਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਪਹਿਲ ਦੇ ਅਧਾਰ ਤੇ ਮਿਲ ਸਕੇ ਤੇ ਜਿਹੜੇ ਵੀ ਭੈਣ ਭਰਾ ਚਾਹੁੰਦੇ ਨੇ ਗਵਰਨਮੈਂਟ ਜੋਬ ਪ੍ਰਾਪਤ ਕਰਨਾ ਤਾਂ ਪਲੀਜ਼ ਸਾਡੇ ਨਾਲ ਤਾਂ ਜਰੂਰ ਜੁੜੋ ਕਿਉਂਕਿ ਤੁਹਾਨੂੰ ਅਸੀਂ ਇੰਨੀਆਂ ਗਵਰਨਮੈਂਟ ਜੋਬਸ ਦੀ ਜਾਣਕਾਰੀ ਦਵਾਂਗੇ ਜਿਹੜੀਆਂ ਤੁਸੀਂ ਕਦੇ ਸੁਨੀਆਂ ਨਹੀਂ ਹੋਣਗੀਆਂ ਹੋਰਾਂ ਚੈਨਲਾਂ ਉੱਤੇ ਇਸੇ ਕਰਕੇ ਲੋਕਲ ਬੇਸ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਭਰਤੀਆਂ ਨਿਕਲਦੀਆਂ ਜਿਹੜੀਆਂ ਕਿ ਬਹੁਤ ਸਾਰੇ YouTube ਚੈਨਲ ਦੁਆਰਾ ਦੱਸੀਆਂ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਵਿੱਚ ਉਹਨਾਂ ਲਈ ਕੋਈ ਬੈਨੀਫਿਟ ਨਹੀਂ ਹੁੰਦਾ ਕੋਈ ਉਹਨਾਂ ਦਾ ਕਹਿਣ ਦਾ ਪਾਵ ਪੇਪਰ ਲਈ ਕੋਈ ਪੈਕੇਜ ਨਹੀਂ ਲਿੱਤਾ ਜਾਂਦਾ ਜਿਸ ਕਰਕੇ ਉਹ ਸਿੱਧਾ ਇ ਇੱਕ ਭਰਤੀ ਇਹੇ ਭਰਤੀ ਹੈਗੀ ਹੈ ਰੂਪੜ ਸਰਕਾਰੀ ਕਾਲਜ ਦੀ ਭਰਤੀ ਠੀਕ ਹੈ ਜੀ ਇਸ ਦੇ ਲਈ ਤੁਹਾਨੂੰ ਕੋਈ ਵੀ ਆਨਲਾਈਨ ਫਾਰਮ ਨਹੀਂ ਭਰਨਾ ਪਵੇਗਾ ਨਾ ਆਫਲਾਈਨ ਤੁਸੀਂ ਸਿੱਧਾ 19 ਫਰਵਰੀ ਨੂੰ ਜੇਕਰ ਤੁਸੀਂ ਕਹਿੰਦਾ ਪਵ 8ਵੀਂ ਜਾਂ 10ਵੀਂ ਪਾਸ ਹੋ ਤੁਹਾਡੀ 18 ਤੋਂ 37 ਸਾਲ ਉਮਰ ਹੈ ਜੇਕਰ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੀ ਹਾਂ ਐਸਸੀ ਬੀਸੀ ਹੋਂ ਤੁਹਾਡੀ 42 ਸਾਲ ਉਮਰ ਹੈ ਤਾਂ ਆਪਣੀ ਜਿਹੜੀ ਹੈਗੀ ਆ ਜੋ ਵੀ ਤੁਸੀਂ ਸਟੱਡੀ ਕੀਤੀ 8ਵੀਂ ਜਾਂ 10ਵੀਂ ਉਸ ਦੇ ਫਾਰਮ ਲੈ ਕੇ ਕਹਿੰਦਾ ਪਵ ਜਿਹੜੇ ਤੁਹਾਡੇ ਇੰਪੋਰਟੈਂਟ ਡਾਕੂਮੈਂਟਸ ਹੈਗੇ ਉਹਨਾਂ ਨੂੰ ਲੈ ਕੇ ਤੁਸੀਂ 19 ਫਰਵਰੀ 2024 ਨੂੰ ਸਿੱਧਾ ਇੰਟਰਵਿਊ ਪੈਨਲ ਤੇ ਪਹੁੰਚ ਜਣਾ ਹੈ ਇਸ ਸਰਕਾਰੀ ਕਾਲਜ ਲਈ ਇਹ ਹੈਗੀ ਭਰਤੀ ਕਾਤੇ ਲਈ ਹੈ ਕਲਰਕ ਲਈ ਬੇਲਦਾਰ ਲਈ ਸਫਾਈ ਸੇਵਕ ਅਤੇ ਚੌਂਕੀਦਾਰ ਭਰਤੀ ਹੈ ਠੀਕ ਹੈ ਜੀ ਜਿਹੜੇ ਜਿਹੜੇ ਭੈਣ ਭਰਾ ਚਾਹਦੇ ਆ ਵੀ ਜਿਨ੍ਹਾਂ ਨੂੰ ਕਹਿੰਦਾ ਆਪਾਂ ਨੌਕਰੀ ਦੀ ਬਹੁਤ ਘਾਟ ਹੈ ਤੇ ਉਹ ਇਸ ਭਰਤੀ ਲਈ ਜਾ ਸਕਦੇ ਨੇ ਇੰਟਰਵਿਊ ਟਾਈਮ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਅਗਲੀ ਸਲਾਈਡ ਤੇ ਦੱਸਦਾ ਜਿਹੜੇ ਜਿਹੜੇ ਭੈਣ ਭਰਾ ਇਹਨਾਂ ਭਰਤੀ ਨੂੰ ਪੜਨਾ ਚਾਹੁੰਦੇ ਨੇ ਕਲੈਰੀਕਲ ਦੀ ਭਰਤੀ ਬਹੁਤ ਵਧੀਆ ਇਸ ਦੇ ਵਿੱਚ ਜੇਕਰ ਬੱਚਾ ਪੜਿਆ ਲਿਖਿਆ ਹੈ ਥੋੜਾ ਜਿਹਾ ਵੱਧ ਜਿਵੇਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੇਲਦਾਰ ਦੀ ਵੀ ਭਰਤੀ ਵਧੀਆ ਹੈ ਸਫਾਈ ਸੇਵਕ ਤੇ ਚ ਤੁਸੀਂ ਨਿਭਾ ਸਕਦੇ ਹੁੰਦਾ ਜਰੂਰ ਇਹ ਲੈ ਲਈਓ ਸਰਕਾਰੀ ਨੌਕਰੀ ਹੈ ਕੋਈ ਇਹਦੇ ਵਿੱਚ ਸੰਗ ਸ਼ਰਮ ਨਹੀਂ ਕਿਉਂਕਿ ਪਤਾ ਕੀ ਆਪਣੇ ਪੈਰਾਂ ਤੇ ਇੰਡੀਪੈਂਡੈਂਟ ਹੋ ਜਾਵੋ ਤੇ ਨਾਲ ਨਾਲ ਤੁਸੀਂ ਹੋਰ ਵੀ ਭਰਤੀ ਦੀਆਂ ਤਿਆਰੀਆਂ ਕਰ ਸਕਦੇ ਹੋ ਘਰ ਬੈਠ ਕੇ ਜਿਵੇਂ ਕਿ ਕਨਸਟੇਬਲ ਸਬ ਇੰਸਪੈਕਟਰ ਜੋ ਵੀ ਤੁਹਾਡਾ ਸੁਪਨਾ ਹੈ ਬਸ ਇੱਕ ਵਾਰ ਆਪਣੇ ਖਰਚੇ ਤੇ ਚੋਕੇ ਤੁਸੀਂ ਆਪਣੇ ਸਟੈਂਡ ਹੋ ਜਾਵੋ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੀ ਜਾਈਓ ਠੀਕ ਹੈ ਜੀ ਤੁਹਾਡੇ ਘਰ ਦੇ ਤੁਹਾਡੇ ਵਿੱਚ ਇੰਟਰਫੇਅਰ ਨਹੀਂ ਕਰਨਗੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਆਪਾਂ ਸੁੱਖ ਸਹੂਲਤਾਂ ਲਈ ਵੀ ਛੋਟੀਆਂ ਮੋਟੀਆਂ ਲਈ ਵੀ ਮਤਲਬ ਕਹਿੰਦਾ ਉਹ ਕਰਦਿਆਂ ਦਾ ਸਾਥ ਲੈਣਾ ਪੈਂਦਾ ਸੋ ਇਸ ਕਰਕੇ ਇਹੋ ਜਿਹੀਆਂ ਭਰਤੀਆਂ ਭ ਤਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ ਸੋ ਦੋਸਤੋ ਦੇਖੋ ਕਲਰਕ ਦੀਆਂ ਜੇਕਰ ਮੰਨੀਆਂ ਜਾਂ ਡਾਟਾ ਆਪਰੇਟਰ ਦੀਆਂ ਦੋ ਨੇ ਬੇਲਦਾਰ ਦੀਆਂ ਦੋ ਨੇ ਸਫਾਈ ਸੇਵਕ ਦੀਆਂ ਤਿੰਨ ਨੇ ਚੌਕੀਦਾਰ ਦੀਆਂ ਤਿੰਨ ਨੇ ਸੋ ਜੇ ਇਹ ਇੰਟਰਵਿਊ ਦਾ ਮੇਨ ਕਿੱਥੇ ਹੈ ਠੀਕ ਹੈ ਜੀ ਪ੍ਰਿੰਸੀਪਲ ਆਫਿਸ ਹੈ ਕਿੱਥਾ ਆਪਣਾ ਗਵਰਨਮੈਂਟ ਕਾਲਜ ਰੋਪੜ ਦੇ ਠੀਕ ਹੈ ਰੋਪੜ ਦਾ ਗਵਰਨਮੈਂਟ ਕਾਲਜ ਆ ਉਸ ਦੇ ਪ੍ਰਿੰਸੀਪਲ ਆਫਿਸ ਦੇ ਵਿੱਚ ਇੰਟਰਵਿਊ ਹੋਣੀ ਹੈ ਜਿਹੜੇ ਵੀ ਭੈਣ ਭਰਾਵਾਂ ਨੇ ਇਸ ਦਾ ਕੈਂਡਾ ਭਰਨੀ ਹੈ ਮਤਲਬ ਕਹਿਣਾ ਭਰਨ ਦੀ ਲੋੜ ਹੀ ਨਹੀਂ ਤੁਸੀਂ ਸਿੱਧਾ ਹੀ ਬਸ ਉੱਥੇ ਪਹੁੰਚ ਜਾਣਾ ਕੈਂ ਜਿਸ ਦਿਨ ਆਪਣੀ ਕੈਂਡਾ 19 ਫ ਤੇ ਪੁੱਜ ਕੇ ਆਪਣੀ ਜਿਹੜੀ ਹੈਗੀ ਆ ਸਾਰੀ ਇੰਟਰਵਿਊ ਦੇ ਕੇ ਤੁਹਾਡਾ ਪ੍ਰੋਪਰ ਦੇਖਿਆ ਜਾਵੇਗਾ ਵੀ ਜੇਕਰ ਤੁਸੀਂ ਕੈਪੇਬਲ ਹੋਏ ਉਸ ਮਤਲਬ ਨੌਕਰੀ ਦੇ ਅਕੋਰਡਿੰਗ ਤੁਹਾਨੂੰ ਰੱਖਿਆ ਜਾਵੇਗਾ ਤੁਹਾਡੀ ਲਿਸਟ ਬਣੇਗੀ ਤੇ ਉਸ ਦੇ ਅਕੋਰਡਿੰਗ ਤੁਹਾਡੀ ਰੀਸੈলেকਸ਼ਨ ਕੀਤੀ ਜਾਵੇਗੀ ਸੋ ਬੱਚਿਓ ਬਹੁਤ ਹੀ ਸੁਨਹਿਰੀ ਮੌਕਾ ਹੈ ਜਿਹੜੇ ਰੋਪੜ ਦੇ ਨੇੜ ਤੇ ਰਹਿੰਦੇ ਆ ਜਾਂ ਫਿਰ ਕਹਿੰਦਾ ਬਹੁਤ ਚੰਦੇ ਆ ਵੀ ਸਾਡੇ ਕੋਲ ਪੈਸੇ ਦੀ ਕਮੀ ਰਹਿੰਦੀ ਹੈ ਤਾਂ ਪਲੀਜ਼ ਇਹੋ ਜੀ ਨੌਕਰੀ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਠੀਕ ਹੈ ਜੀ ਐਨਾ ਸੋਚਿਓ ਵੀ ਆਪਣੀ ਨੌਕਰੀ ਛੋਟੀ ਹੈ ਜਾਂ ਵੱਡੀ ਹੈ ਮੇਨ ਗੱਲ ਹੈ ਵੀ ਪੈਸਾ ਇੰਪੋਰਟੈਂਟ ਆ ਆਪਾਂ ਨੂੰ ਇਸ ਸਮੇਂ ਦੇ ਵਿੱਚ ਤੇਲ ਮਦਦ ਉਹ ਜੁੱਤੀ ਚ ਪਵਾ ਲੈਣਾ ਠੀਕ ਹੈ ਉਹ ਗੱਲ ਹੈ ਤੁਹਾਡੇ ਲਈ ਇਹ ਵਧੀਆ ਸਰਕਾਰੀ ਨੌਕਰੀ ਕਿਤੇ ਵੀ ਕਿਤੇ ਵੀ ਤੁਹਾਨੂੰ ਮਿਲ ਨਹੀਂ ਸਕਦੀ ਬਿਨਾ ਪੇਪਰ ਦੇ ਤਾਂ ਖਾਸ ਕਰ ਬਾਕੀ ਦੋਸਤੋ ਸਰਕਾਰੀ ਨੌਕਰੀ ਜੇਕਰ ਤੁਹਾਨੂੰ ਪ੍ਰਾਈਵੇਟ ਜੌਬ ਦੇ ਬਰਾਬਰ ਮਿਲਦੀ ਹੋਵੇ ਤਾਂ ਵਧੀਆ ਤਨਖਾਹ ਮਿਲਦੀ ਹੋਵੇ ਤਾਂ ਕੋਈ ਵੀ ਛੱਡ ਕੇ ਰਾਜ਼ੀ ਨਹੀਂ ਹੋਵੇਗਾ 15 ਤੋਂ 20 ਹਜ਼ਾਰ ਦੇ ਕਰੀਬ ਤੁਹਾਡੀ ਤਨਖਾਹ ਹੋਵੇਗੀ ਠੀਕ ਹੈ ਜੀ ਗਵਰਨਮੈਂਟ ਕਾਲਜ ਦੇ ਅੰਡਰ ਤੁਸੀਂ ਹੋਵੋਗੇ ਇੱਕ ਵਧੀਆ ਕਹਿੰਦਾ ਐਨਵਾਇਰਨਮੈਂਟ ਮਿਲੇਗਾ ਦੂਸਰੀ ਗੱਲ ਹੈ ਨਾ ਜ਼ਿਆਦਾ ਵਰਕ ਦਾ ਬੋਝ ਹੋਵੇਗਾ ਤੁਹਾਨੂੰ ਪਤਾ ਹੈ ਸਰਕਾਰੀ ਕੰਮਕਾਜ ਥੋੜੇ ਘੱਟ ਹੀ ਹੁੰਦੇ ਬਾਕੀ ਹੋਰ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣੇ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ